ਕਿ ਨਿਕਲ ਗਿਆ ਸੀ, 1.5 ਸਾਲ ਫਾਈਟ ਕਰਕੇ ਸੀ, ਵਧੀਆ ਜ਼ਿੰਦਗੀ ਜੀਣ ਲੱਗ ਗਏ। ਆ ਹੁਣ ਚਲੋ ਸੁਸਾਈਡ ਹੋ ਗਿਆ, ਹੁਣ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ 'ਚ ਠੋਕਣਾ ਚਾਹੁੰਦੇ ਨੇ। ਓਕੇ, ਜੇ ਮੇਰੀ ਗਲਤੀ ਆ ਮੈਂ ਜੇਲ੍ਹ 'ਚ ਜਾਊਂਗਾ। ਇਸ ਟਾਈਮ ਮੇਰੀਆਂ ਕੁੜੀਆਂ ਬਾਰੇ ਕੋਈ ਨਹੀਂ ਸੋਚਦਾ, ਮੇਰੀਆਂ ਕੁੜੀਆਂ ਬਾਰੇ ਸਭ ਪੋਲਿਟਿਕਸ ਖੇਡਣ ਖੇਡੀ ਜਾ ਰਹੀ ਹੈ ਜੀ। ਮੈਂ ਸਿੱਧੀ ਗੱਲ ਬੋਲਾਂ, ਪਰ ਕੀ ਤੁਸੀਂ ਕੁੜੀਆਂ ਬਾਰੇ ਸੋਚਿਆ? ਸਵਾਲ ਤੁਹਾਡੇ ਦੇ ਉੱਤੇ ਇਹ ਵੀ ਖੜਾ ਹੁੰਦਾ ਹੈ, ਜਿਸ ਤਰੀਕੇ ਨਾਲ ਇੱਕ ਉਹ ਵੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਗਾਲਾਂ ਕੱਢ ਰਹੇ ਹੋ, ਉਹਨੀਆਂ ਗੰਦੀਆਂ ਗਾਲਾਂ ਤੁਸੀਂ ਕੱਢ ਰਹੇ ਹੋ। ਤੁਸੀਂ ਕਹਿ ਰਹੇ ਹੋ ਮੈਨੂੰ ਧੀਆਂ ਚਾਹੀਦੀਆਂ, ਨਹੀਂ ਮੈਨੂੰ ਪੁੱਤ ਚਾਹੀਦਾ ਹੈ। ਕੀ ਤੁਸੀਂ ਉਹ ਸੋਚਿਆ ਸੀ ਧੀਆਂ ਬਾਰੇ? ਹਾਂਜੀ, ਮੈਂ ਬੜੀ ਬੜੀ ਕਲੀਅਰਲੀ ਗੱਲ ਕਰ ਲੈਣਾ ਚਾਹੁੰਦਾ ਜੀ। ਜਿੰਨੇ ਕੁ ਮੇਰੇ ਲੋਕਲ ਜਾਣਕਾਰ ਨੇ, ਆਪਣੇ ਮੇਰੇ ਪਿੰਡਾਂ ਤੋਂ, ਮੇਰੇ ਰਿਸ਼ਤੇਦਾਰ, ਈਵਨ ਇੱਥੇ ਨਿਊਯਾਰਕ ਦੇ ਵਿੱਚ ਗੁਰਦੁਆਰਾ ਸਾਹਿਬ 118 ਸਟਰੀਟ ਦੇ ਵਿੱਚ ਮੈਂ ਆਪਣੀਆਂ ਧੀਆਂ ਦੇ ਨਾਲ ਕਿੱਦਾਂ ਰਿਹਾ, ਕੀ ਉਹਨਾਂ ਦੇ ਨਾਲ ਮੇਰਾ ਰਿਸ਼ਤਾ ਸੀਗਾ ਤੇ ਕੀ ਹੈਗਾ ਆ, ਉਹ ਸਾਰੀ ਦੁਨੀਆ ਜਾਣਦੀ ਆ, ਜਿੰਨੇ ਕੁ ਜਾਣਦੇ ਮੇਰੇ। ਹੁਣ ਉਸ ਵੀਡੀਓ ਤੇ ਆ ਜਾਂਦੇ ਆ। ਉਹ ਵੀਡੀਓ ਦਾ ਇੱਕ ਮੇਨ ਮਕਸਦ, ਮੇਰੀ ਵਾਈਫ, ਮੈਂ ਅੱਜ ਹੁਣ ਮੈਂ ਇੰਨਾ ਕੁ ਪਰੇਸ਼ਾਨ ਹੋ ਚੁੱਕਿਆ ਆ ਬਾਹਰ ਸੋਸਾਇਟੀ ਤੋਂ, ਕਿ ਜੇ ਮੈਂ ਬਾਹਰ ਨਿਕਲਿਆ ਤਾਂ ਸ਼ਾਇਦ ਇਹਨਾਂ ਨੇ ਮੈਨੂੰ ਕੁੜੀਆਂ ਦੇ ਸਮੇਤ ਮਾਰ ਦੇਣਾ। ਇਸ ਕਰਕੇ ਮੇਰੀ ਵਾਈਫ ਮੈਂਟਲੀ ਵਿਆਹ ਤੋਂ ਪਹਿਲਾਂ ਹੀ ਇਹਨਾਂ ਮੇਰੇ ਜਿਹੜਾ ਸਾਧੂ ਆ ਉਹਨੇ ਆਪ ਕਮੈਂਟਡ ਕੀਤਾ ਸੀਗਾ ਸ਼ਮਸ਼ੇਰ ਸਿੰਘ ਨੇ, ਕਿ ਇਹ ਇੰਡੀਆ ਦੇ ਵਿੱਚ ਵੀ ਇਹਨਾਂ ਦੀ ਇਹਦਾ ਭੂਆ ਬੋਲਦੀ ਹੁੰਦੀ ਸੀਗੀ, ਕਿ ਇਹ ਕੰਨਾਂ 'ਚ ਸਿਰ ਮਾਰਦੀ ਹੁੰਦੀ ਸੀ, ਵਾਲ ਪੱਟਦੀ ਹੁੰਦੀ ਸੀ, ਇਹਨੂੰ ਮੈਂਟਲੀ ਪ੍ਰੋਬਲਮਸ ਹੈਗੀ ਸੀ, ਜੋ ਕਿ ਮੈਂ 8 ਸਾਲ ਤੋਂ ਫੇਸ ਕਰਦਾ ਆ ਰਿਹਾ ਸੀ। ਜਿਹੜੀ ਗੱਲ ਹੁਣ ਬੋਲੀ ਸੀਗੀ ਮੈਂ ਕਿ ਕੁੜੀਆਂ ਬਾਰੇ, ਮੈਨੂੰ ਕੁੜੀਆਂ ਨਹੀਂ ਚਾਹੀਦੀਆਂ, ਮੈਂ ਬੜੀ ਯਾਰ ਐਕਸਪਲੇਨ ਕਰ ਚੁੱਕਿਆ ਜੀ। ਉਹ ਮੈਂ ਬੋਲੀ ਸੀ ਕਿਉਂਕਿ ਮੇਰੀ ਵਾਈਫ ਦੇ ਮੈਂਟਲ ਹੈਲਥ ਦੀ ਵਜ੍ਹਾ ਤੋਂ ਮੈਂ ਇਹਨੂੰ ਇਹ ਕਿਹਾ ਸੀ, ਮੈਂ ਕਿਹਾ ਯਾਰ ਆ ਕੁੜੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ, ਇੱਥੇ ਮੁੰਡਾ ਹੁੰਦਾ ਚੱਲ ਜਾਂਦਾ ਜੀ, ਇਹ ਕੁੜੀਆਂ ਵੀ ਤੇਰੇ ਵਰਗੀਆਂ ਨਿਕਲ ਆਈਆਂ, ਜਿੱਥੇ ਮੈਂ ਵੱਡੀਆਂ ਹੋ ਕੇ ਇਹਨਾਂ ਦਾ ਵਿਆਹ ਕਰੂੰਗਾ ਉੱਥੇ ਅਗਲੇ ਘਰ ਦੀ ਹਾਲਤ ਮੇਰੇ ਵਰਗੀ ਹੋ ਜੂਗੀ, ਅਗਲੇ ਮੁੰਡੇ ਦੀ ਹਾਲਤ ਮੇਰੇ ਵਰਗੀ ਹੋ ਜੂਗੀ। ਰਣਜੋਤ ਜੀ, ਬੜੀ ਸ਼ਰਮ ਦੀ ਗੱਲ ਹੈ, ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਮੈਨੂੰ ਉਹ ਗਾਲਾਂ ਸੁਣ ਕੇ ਮੈਨੂੰ ਸ਼ਰਮ ਆਈ, ਮੇਰਾ ਮਨ ਭਰਿਆ ਆ ਕਿ ਅਜਿਹਾ ਵੀ ਕੋਈ ਵਿਅਕਤੀ ਆਪਣੇ ਬੱਚਿਆਂ ਬਾਰੇ ਐਵੇਂ ਬੋਲ ਸਕਦਾ। ਤੁਹਾਨੂੰ ਲੱਗਦਾ ਨਹੀਂ ਕਿ ਉਹ ਗਲਤ ਸੀਗਾ? ਤੁਹਾਨੂੰ ਉਸ ਚੀਜ਼ ਦਾ ਕੋਈ ਅਹਿਸਾਸ ਨਹੀਂ ਹੈ? ਨਹੀਂ ਅਹਿਸਾਸ, ਕਿਉਂਕਿ ਮੈਂ ਦੇਖੋ ਜੀ, ਮੇਰਾ ਆਪਣਾ ਮਨ ਤੇ ਦਿਲ ਜਾਣਦਾ ਕਿ ਮੇਰਾ ਰਿਲੇਸ਼ਨ ਕੀ ਹੈ ਮੇਰੀਆਂ ਬੇਟੀਆਂ ਦੇ ਨਾਲ, ਕਿਉਂਕਿ ਜੇ ਮੇਰਾ ਅਹਿਸਾਸ ਮੈਨੂੰ ਤਾਂ ਹੋਵੇ ਕਿ ਨਹੀਂ ਯਾਰ ਮੈਂ ਗਲਤ, ਮੈਂ ਇੱਕ ਵਾਰ ਬੋਲਤਾ ਸੀਗਾ ਕਿ ਮੈਨੂੰ ਮੁੰਡਾ ਚਾਹੀਦਾ। ਸਟਾਰਟਿੰਗ ਤੇ ਆ ਜਾਂਦੇ, ਮੇਰੀ ਵੱਡੀ ਬੇਟੀ ਅਲੀਸ਼ਾ ਸੰਧੂ ਜਦੋਂ ਪੈਦਾ ਹੋਈ, ਮੈਂ US ਦੇ ਪੈਦਾ ਨਹੀਂ, ਜਦੋਂ ਈਵਨ ਮੇਰੀ ਵਾਈਫ ਪ੍ਰੈਗਨੈਂਟ ਸੀ, ਮੈਂ US ਦੇ ਵਿੱਚ ਸੀਗਾ ਤੇ ਇੱਥੇ ਜੌਬ ਤੇ, ਮੈਂ ਉਹਦਾ ਨਾਮ, ਈਵਨ ਸਾਨੂੰ ਜੈਂਡਰ ਨਹੀਂ ਸੀ ਪਤਾ। ਮੈਂ ਪੂਜਾ ਹਸਪੀਟਲ ਦੇ ਵਿੱਚ ਉਹਦੀ ਹਿਸਟਰੀ ਹੈਗੀ, ਕਢਾ ਸਕਦਾ ਜਿਹੜਾ ਮਰਜ਼ੀ ਜਾ ਕੇ, ਮੈਂ ਉਹਦਾ ਨਾਮ ਅਲੀਸ਼ਾ ਉਦੋਂ ਹੀ ਰੱਖਤਾ ਸੀਗਾ। ਮੇਰੀ ਵਾਈਫ ਕਹਿੰਦੀ, ਮੈਂ ਵਾਈਫ ਨੂੰ ਬੋਲਿਆ, ਮੈਂ ਕਿਹਾ ਜਿਵੇਂ ਆਪਣੀ ਬੇਟੀ ਹੋਈ ਮੇਰੀ ਕੁੜੀ ਦਾ ਨਾਮ ਹੋਊਗਾ ਅਲੀਸ਼ਾ। ਕਹਿੰਦੇ ਤੂੰ ਨਾਮ ਹੀ ਕੁੜੀਆਂ ਦੇ ਸੋਚਦਾ, ਮੁੰਡੇ ਦਾ? ਮੈਂ ਕਿਹਾ ਨਹੀਂ, ਮੁੰਡੇ ਦਾ ਨਹੀਂ, ਪਹਿਲੀ ਕੁੜੀ ਚਾਹੀਦੀ ਆ। ਜੇ ਮੇਰੀ ਇਹੋ ਜਿਹੀ ਮੁੰਡਿਆਂ ਵਾਲੀ ਥਾਟ ਹੁੰਦੀ, ਮੇਰੀ ਦੂਜੀ ਬੇਟੀ ਹੋਈ ਅਮਰੀਨ US ਦੇ ਵਿੱਚ, ਤੇ ਉਹਦੇ ਵਾਰੀ ਅਮਰੀਨ ਦਾ ਨਾਮ ਅਸੀਂ ਮੇਰੇ ਬ੍ਰਦਰ ਨੇ ਰੱਖਿਆ, ਅਸੀਂ ਡਿਸਕਸ਼ਨ ਕਰਕੇ ਰੱਖਿਆ, ਤੇ ਸਹੁਰੇ ਪਰਿਵਾਰ ਵੱਲੋਂ ਤੇ ਜਿਹੜੇ ਆਪਣੇ ਘਰਾਂ ਵਾਲੇ ਹੁੰਦੇ ਆ ਥੋੜੇ ਜਿਹੇ ਕਰਦੇ ਸੀ, ਚਲੋ ਹੁਣ ਬੇਟਾ ਹੋ ਜਾਂਦਾ। ਮੈਂ ਕਿਹਾ ਜੀ ਪਲੀਜ਼, ਮੇਰੀਆਂ ਬੱਚਿਆਂ ਤੇ ਰੋਣਾ ਨਹੀਂ ਕਿਸੇ ਨੇ ਵੀ, ਮੇਰੀਆਂ ਬੇਟੀਆਂ ਤੇ ਰੋਣਾ ਨਹੀਂ ਕਿਸੇ ਨੇ ਵੀ। ਹੁਣ ਉਸ ਤੋਂ ਬਾਅਦ ਜਦੋਂ ਹੁਣ ਸਾਡੀ ਥਰਡ ਪਲੈਨਿੰਗ, ਮੇਰੀ ਵਾਈਫ ਕਹਿੰਦੀ ਸੀ ਨਹੀਂ ਇੱਕ ਮੁੰਡਾ ਚਾਹੀਦਾ ਆ, ਮੈਂ ਕਿਹਾ ਉਹਨੂੰ ਵਾਈਫ ਨੂੰ, ਮੈਂ ਕਿਹਾ ਹੁਣ ਹੁਣ ਦੀਆਂ ਗੱਲਾਂ ਨੇ, ਇਹ ਹਜੇ ਰੀਸੈਂਟਲੀਆਂ ਵੀਕਸ ਦੀਆਂ ਗੱਲਾਂ, ਮੈਂ ਕਿਹਾ ਜੀ ਨਹੀਂ ਮੁੰਡਾ ਨਹੀਂ ਹਜੇ ਆਪਾਂ ਕਰਨਾ, ਕਿਉਂਕਿ ਇੱਥੋਂ ਦੀ US ਦੀ ਲਾਈਫ ਜਿੱਦਾਂ ਵੀ ਆ, ਸਟਰਗਲਿੰਗ ਲਾਈਫ ਆ, ਆਪਣੀਆਂ ਫੈਮਿਲੀ ਮੈਂਬਰਸ ਨਹੀਂ ਹੈਗੇ ਨਾਲ। ਸੋ ਮੈਂ ਟਰੱਕ ਡਰਾਈਵਰ ਸਾਂ, ਟਰੱਕ ਚਲਾਉਂਦਾ ਆ, ਤੇ ਮੈਂ ਕਿਹਾ ਵੀ ਬੱਚੇ ਮਿਸ ਕਰਦੇ ਆ, ਮੈਂ ਵੀ ਮਿਸ ਕਰਦਾ ਆ, ਤੇ ਇਹ ਚੀਜ਼ਾਂ ਹਜੇ ਜਦੋਂ ਵੈਲ ਸੈਟਲਡ ਹੋ ਜੇ ਫਿਰ ਸੋਚਾਂਗੇ, ਹਜੇ ਨਹੀਂ, ਹਜੇ ਇਹ ਚੀਜ਼ਾਂ ਮੈਨੇਜ ਕਰਕੇ ਚੱਲਦੀਆਂ। ਬਹੁਤ ਹਾਰਡ ਆ ਵੀ ਜੇ 3 ਬੱਚੇ ਆ ਫਿਰ ਮੈਂ ਵੀ ਬਾਹਰ ਰਹਿਣਾ, ਸੋ ਉਹ ਸਾਰੀਆਂ ਚੀਜ਼ਾਂ ਹਾਰਡ ਆ ਇੱਕ ਆਪਣੇ ਆਪ 'ਚ। ਸੋ ਸਾਡੀ ਆਹ ਗੱਲਾਂ ਚੱਲਦੀਆਂ ਸੀਗੀਆਂ। ਪਰ ਇੰਨੀ ਗੰਦੀਆਂ ਗਾਲਾਂ ਕੱਢਣ ਦਾ ਮਕਸਦ ਕੀ ਸੀਗਾ? ਕੀ ਉਹ ਲੜਾਈ ਉਦੋਂ ਕਿਉਂ ਹੋ ਰਹੀ ਸੀ? ਕੀ ਉਦੋਂ ਚੀਜ਼ ਚੱਲ ਰਹੀ ਸੀ? ਉਦੋਂ ਸੀਨ ਕੀ ਸੀਗਾ? ਉਹ ਸੀਨ ਮੈਂ ਤੁਹਾਨੂੰ ਇੱਕ ਕੁਛ ਚੀਜ਼ ਦਿਖਾਉਣਾ ਚਾਹੁੰਦਾ ਜੀ। ਇਹ ਜਦੋਂ ਜਦੋਂ ਵੀ ਸਾਡੇ ਵਿੱਚ ਪ੍ਰੋਬਲਮਸ ਹੋਈਆਂ ਆ, ਇੱਕ ਤੁਸੀਂ ਨਾਰਮਲੀ ਬੈਠੇ ਹੋਏ ਆ ਕਿਤੇ, ਮੰਨ ਲਓ ਤੁਸੀਂ ਘਰੇ ਹੀ ਬੈਠੇ ਆ ਨਾਰਮਲ, ਤੇ ਤੁਹਾਡੇ ਨਾਲ ਇਦਾਂ ਦਾ ਬਿਹੇਵ ਹੋਣਾ ਸ਼ੁਰੂ ਹੋ ਜੇ, ਮੈਂ ਤੁਹਾਨੂੰ ਜੀ ਇਹ ਜਿਹੜੀਆਂ ਚੀਜ਼ਾਂ ਨੇ ਕੈਮਰੇ ਸਾਹਮਣੇ ਕਰ ਦੋ ਥੋੜਾ, ਆਪਣੇ ਲੈਫਟ ਤੇ ਥੋੜਾ ਹੋਰ ਜੀ, ਥੋੜਾ ਉੱਪਰ ਜੀ 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 ਠੀਕ ਹੈ, ਇੱਕ ਵਾਰ ਫੁੱਲ ਫਰੇਮ ਦੇ ਉੱਤੇ ਦਿਖਾਇਓ ਜੀ। ਇਸ ਦੀ ਆਡੀਓ ਨਹੀਂ ਆ ਰਹੀ ਰਣਜੋਤ ਜੀ, ਕੀ ਬੋਲ ਰਹੇ? ਆਡੀਓ ਨਹੀਂ ਹੈ, ਇਸ ਸਕਰੀਨ ਰਿਕਾਰਡਿੰਗ ਹੀ ਹੈ, ਆਡੀਓ ਦੇ ਚ ਹੋਈ ਨਹੀਂ, ਆਈ ਡੋਨਟ ਨੋ, ਕਿਉਂ ਮੇਰੇ ਫੋਨ ਦੀ ਸਕਰੀਨ ਰਿਕਾਰਡਿੰਗ ਹੈ। ਹਾਂਜੀ ਓਕੇ, ਤੇ ਇਹ ਕੀ ਵਾਕਿਆ ਸੀਗਾ? ਇਹ ਕਿਸ ਕੀ ਇੱਥੇ ਝਗੜਾ ਕਿਸ ਗੱਲ ਦਾ ਹੋ ਰਿਹਾ ਸੀ?
To make my vision a reality, I have to take every perspective and see clearly from every point of view. With my Verilux progressive lenses, I seamlessly transition from near to far and see every detail in sharp focus. ਇਹਦਾ ਮੈਨੂੰ ਪ੍ਰੋਪਰ ਯਾਦ ਨਹੀਂ ਪਰ ਇੱਕ ਨਾਰਮਲ ਮੈਂ ਟਰੱਕ ਤੇ ਸੀਗਾ ਸਾਡੀ ਕੋਈ ਨਾਰਮਲ ਇੱਕ ਗੱਲ ਕੋਈ ਚੱਲਦੀ ਸੀਗੀ ਆਈ ਡੋਨੋ ਕੁਝ ਸਾਡੇ ਮੋਸਟਲੀ ਜਿਹੜਾ ਫੈਮਿਲੀ ਮੈਂਬਰਸ ਨੂੰ ਲੈ ਕੇ ਇੰਡੀਆ ਫੈਮਿਲੀ ਮੈਂਬਰਸ ਦੇ ਮਨਦੀਪ ਦੇ ਇਹਦੇ ਕਾਲਸ ਬਹੁਤ ਜ਼ਿਆਦਾ ਆਉਂਦੀਆਂ ਸੀ ਕੰਪਲੀਟ ਹੋ ਗਈ ਵੀਡੀਓ ਤੋਂ ਜੀ ਕੰਪਲੀਟ ਹੋ ਗਈ ਵੀਡੀਓ ਹਾਂਜੀ ਜੀ ਹਾਂ ਤੁਸੀਂ ਕਹਿ ਰਹੇ ਹੋ ਫੈਮਿਲੀ ਮੈਂਬਰਸ ਔਰ ਜੋ ਮਨਦੀਪ ਉਹਨਾਂ ਨੇ ਵੀਡੀਓ 'ਚ ਜ਼ਿਕਰ ਕੀਤਾ ਕਹਿੰਦੇ ਕਿ ਉਹਨਾਂ ਦੇ ਸੱਸ ਸੁਰਾ ਯਾਨੀ ਕਿ ਤੁਹਾਡੇ ਮਦਰ ਫਾਦਰ ਜੀਣ ਨਹੀਂ ਸੀ ਦਿੰਦੇ ਤਾਨੇ ਮਾਰਦੇ ਸੀ ਹਰ ਰੋਜ਼ ਹਰ ਰੋਜ਼ ਕੋਈ ਨਾ ਕੋਈ ਗੱਲਾਂ ਉਹਨਾਂ ਦੇ ਪਿੰਡ ਦੀਆਂ ਉਹਨਾਂ ਦੇ ਪਰਿਵਾਰ ਦੀਆਂ ਕੱਢ ਕੇ ਤੁਹਾਡੇ ਪਰਿਵਾਰ ਦੇ ਵੱਲੋਂ ਔਰ ਤੁਹਾਡੇ ਵੱਲੋਂ ਕਹਿੰਦੇ ਇਹੋ ਜੀ ਸ਼ਬਦਾਵਲੀ ਵਰਤੀ ਜਾਂਦੀ ਸੀ ਹਾਂਜੀ ਮੇਰੇ ਕੋਲ ਜੀ ਦੋ ਫੋਨ ਨੇ ਮੈਂ ਅੱਗੇ ਦੱਸਿਆ ਇੱਕ ਦੋ ਲਾਈਨਾਂ ਨੇ ਇੱਕ ਮੇਰਾ ਆਪਣਾ ਤੇ ਇੱਕ ਮੇਰੀ ਵਾਈਫ ਦਾ ਜੇ ਆਪਾਂ ਕਾਲ ਰਿਕਾਰਡਸ ਕਰਾ ਦਿੰਦਾ ਮੈਂ ਪਿਛਲੇ 1.5 ਸਾਲ ਦੀਆਂ ਮੇਰੀ ਵੱਡੀ ਬੇਟੀ ਜਿੱਦਾਂ ਮੈਂ ਕਿਹਾ ਕਿ ਇੰਡੀਆ ਦੀ ਬੋਰਨ ਆ ਉਹ ਬਹੁਤ ਇਨ ਟੱਚ ਆ ਆਪਣੇ ਦਾਦਾ ਦਾਦੀ ਦੇ ਨਾਲ ਸਟਿਲ ਉਹ ਮੈਂ ਕਹਿੰਦਾ ਵੀ 6 ਸਾਲ ਹੋ ਗਏ ਇੱਥੇ ਉਹਨੂੰ ਉਹ ਹਜੇ ਤੱਕ ਉਹ ਇੰਨੀ ਮੈਚੁਰ ਹੈ ਕਿ ਉਹ ਐਵਰੀਡੇ ਕਹਿੰਦੀ ਸੀ ਕਿ ਕੈਨ ਵੀ ਕਾਲ ਮਮ ਜੀ ਡੈਡ ਜੀ ਕਦੀ ਮੈਨੂੰ ਬੋਲਣਾ ਤੇ ਕਦੀ ਵਾਈਫ ਨੂੰ ਬੋਲਣਾ ਪਰ ਹੁਣ ਸਾਡੇ ਵਿੱਚ ਇਦਾਂ ਦੀ ਹੈਗੀ ਸੀਗੀ ਅਸੀਂ ਅਵੋਇਡ ਕਰ ਮੈਂ ਅਵੋਇਡ ਕਰਦਾ ਸੀ ਕਿਉਂਕਿ ਜਦੋਂ ਵੀ ਕਾਲ ਕਰਾਣੀ ਆ ਦੈਟ ਮੀਨਸ ਕੀ ਆ ਕਿ ਲੜਾਈ ਹੋਣੀ ਆ ਸੋ ਇਦਾਂ ਦੇ ਪਿਛਲੇ 1.5 ਸਾਲ ਤੋਂ ਨਾ ਮੇਰੇ ਪੇਰੈਂਟਸ ਮੰਮੀ ਡੈਡੀ ਦੀ ਕੋਈ ਨਾ ਮੇਰੇ ਸਿਸਟਰ ਦੀ ਕੋਈ ਕਾਲ ਮੇਰੀ ਵਾਈਫ ਦੇ ਫੋਨ ਤੇ ਹੋਊਗੀ ਨਾ ਇਧਰੋਂ ਗਈ ਹੋਊਗੀ ਕਿਉਂਕਿ ਉਹਨਾਂ ਨੇ ਫਿਰ ਜਦੋਂ ਇਦਾਂ ਦੀ ਸਿਚੁਏਸ਼ਨ ਸੀਗੀ ਕਿ ਯਾਰ ਜਦੋਂ ਘਰੇ ਗੱਲ ਕਰਨੀ ਇਵਨ ਜੇ ਮੈਂ ਘਰੇ ਫੋਨ ਲਾ ਕੇ ਬੈਠ ਗਿਆ ਆਪਣੇ ਘਰ 'ਚ ਇੱਥੇ ਨਿਊਯਾਰਕ ਤੋਂ ਮੈਂ ਆਪਣੇ ਮਾਂ ਪਿਓ ਨੂੰ ਫੋਨ ਲਾ ਕੇ ਬਹਿ ਗਿਆ ਜਾਂ ਮੈਂ ਆਪਣੀ ਸਿਸਟਰ ਨੂੰ ਲਾ ਕੇ ਬਹਿ ਗਿਆ ਸਾਡੇ ਘਰ 'ਚ ਲੜਾਈ ਹੋ ਜਾਣੀ ਉਹੀ ਆਪਣਾ ਟੈਂਪਰਡ ਸ਼ੋ ਹੋ ਜਾਣਾ ਮੇਰੀ ਵਾਈਫ ਦਾ ਫਿਰ ਉਸ ਤੋਂ ਬਾਅਦ ਜਾਂ ਤਾਂ ਤੁਸੀਂ ਚੁੱਪ ਕਰਕੇ ਨਿਕਲ ਜਾਓ ਜਾਂ ਫਿਰ ਤੁਸੀਂ ਉੱਥੇ ਆਰਗਿਊ ਕਰਨਾ ਸ਼ੁਰੂ ਕਰ ਦਿਓ ਸੋ 1.5 ਸਾਲ ਤੋਂ ਸਾਡੇ ਮੇਰੇ ਮਾਂ ਬਾਪ ਤੇ ਮੇਰੇ ਸਿਸਟਰ ਦੀ ਜਾਂ ਮੇਰੇ ਫੈਮਿਲੀ ਵੱਲੋਂ ਮੇਰੀ ਵਾਈਫ ਦੇ ਨਾਲ ਕੋਈ ਵੀ ਮੇਰੇ ਬੱਚਿਆਂ ਨਾਲ ਕੋਈ ਗੱਲ ਨਹੀਂ ਸੀ ਕੀਤੀ ਜਾਂਦੀ ਉਹ ਕਹਿੰਦੇ ਸੀ ਠੀਕ ਆ ਆਰਗਿਊ ਨਹੀਂ ਚਾਹੀਦਾ ਅਸੀਂ ਗੱਲ ਨਹੀਂ ਕਰਦੇ ਪਰ ਉਹ ਕਹਿੰਦੇ ਕਿ ਤੁਹਾਡੇ ਪੇਰੈਂਟਸ ਤੁਹਾਨੂੰ ਭੜਕਾਉਂਦੇ ਸੀ ਕਹਿੰਦੇ ਉਹਨਾਂ ਦੇ ਖਿਲਾਫ ਕਹਿੰਦੇ ਮੇਰੇ ਭਾਵੇਂ ਭੂਆ ਦੇ ਘਰ ਦੇ ਵਿੱਚ ਕੁਝ ਹੋ ਰਿਹਾ ਹੁੰਦਾ ਸੀ ਕਹਿੰਦੇ ਹਰ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਸੀ ਔਰ ਤੁਸੀਂ ਭੜਕਦੇ ਸੀ ਔਰ ਉਸ ਤੋਂ ਬਾਅਦ ਸਾਡਾ ਰਿਲੇਸ਼ਨ ਕਹਿੰਦੇ ਸਪੋਇਲ ਕਰਨ ਦੇ ਵਿੱਚ ਉਹਨਾਂ ਦਾ ਹੱਕ ਬਹੁਤ ਵੱਡਾ ਹੱਕ ਸੀਗਾ ਜਦੋਂ ਮੈਂ ਜੀ ਮੈਂ ਮੋਸਟਲੀ ਜਦੋਂ ਵੀ ਆਪਣੇ ਪੇਰੈਂਟਸ ਨਾਲ ਗੱਲ ਕਰਦਾ ਹੁੰਦਾ ਸੀਗਾ ਮੈਂ ਟਰੱਕ ਤੇ ਜਾ ਕੇ ਕਰਦਾ ਹੁੰਦਾ ਸੀਗਾ ਸੋ ਅੱਜ ਤੱਕ ਵੀ ਮੇਰੀ ਇੱਥੇ ਡਿਟੇਲਸ ਨਿਕਲ ਆਉਂਦੀਆਂ ਵਾ ਅੱਜ ਤੱਕ ਵੀ ਮੇਰੀ ਕਦੀ ਜੇ ਮੇਰੇ ਫਾਦਰ ਸਾਹਿਬ ਨਾਲ ਜਾਂ ਮੇਰੇ ਮਮ ਦੇ ਨਾਲ ਇਹਨਾਂ ਨੂੰ ਰਿਲੇਟਡ ਕੋਈ ਗੱਲ ਹੋਈ ਹੋਵੇ ਤੇ ਉਹ ਡਿਟੇਲਸ 'ਚ ਆ ਸਕਦੀ ਆ ਅਸੀਂ ਸਿਰਫ ਮੈਂ ਹਾਲਚਾਲ ਸਾਡੀ ਆਪਣੀ ਫੈਮਿਲੀ ਮੈਂਬਰ ਬਾਰੇ ਗੱਲ ਕਰਦੇ ਹੁੰਦੇ ਸੀਗੇ ਅਸੀਂ ਕਦੀ ਵੀ ਇਹਨਾਂ ਬਾਰੇ ਨਾ ਮੇਰੇ ਮਾਂ ਬਾਪ ਨੇ ਇਹਨਾਂ ਬਾਰੇ ਗੱਲ ਕੀਤੀ ਹਾਂ ਮੈਨੂੰ ਰੋਸ਼ ਜ਼ਰੂਰ ਸੀਗਾ ਕਿਉਂਕਿ ਜਿਹੜਾ ਇਹਨਾਂ ਨੇ ਕੇਸ ਕੀਤਾ ਸੀਗਾ ਮੇਰੇ ਵਾਈਫ ਦੇ ਪੇਰੈਂਟਸ ਨੇ ਉਹ ਇੱਕ ਮੇਰੇ ਲਈ ਤੇ ਮੇਰੇ ਵਾਈਫ ਲਈ ਸਰਪ੍ਰਾਈਜ਼ ਸੀਗਾ ਮੇਰੇ ਵਾਈਫ ਲਈ ਵੀ ਸਰਪ੍ਰਾਈਜ਼ ਸੀਗਾ ਤੁਸੀਂ ਇਹ ਸੋਚੋ ਕਿਹੜਾ ਜਦੋਂ ਅਸੀਂ ਉਹ ਇੱਕ ਕੇਸ ਹੋਇਆ ਸੀਗਾ ਪਿਛਲੇ 1.5-2 ਸਾਲ ਪਹਿਲਾਂ ਇੱਕ ਕੇਸ ਕੀਤਾ ਸੀਗਾ ਉਹ ਉਹ ਗੱਲ ਆ ਰਹੀ ਹੈ ਨਾ ਕਿ ਜਿਹੜੀ ਇੱਕ ਟਰੱਕ ਦੇ ਵਿੱਚ 5 ਦਿਨ ਕਿਡਨੈਪ ਕਰਕੇ ਰੱਖਿਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹ ਆ ਰਹੀ ਆ ਉਹ ਉਹ ਇੱਕ ਬਹੁਤ ਵੱਡੀ ਗੱਲ ਆ ਉਹਨੂੰ ਦੇਖ ਕੇ ਮੈਨੂੰ ਇਹ ਕਿਹਾ ਜਾ ਰਿਹਾ ਕਿ ਯਾਰ ਮੈਂ ਕਿਡਨੈਪ ਕਰਕੇ ਰੱਖਿਆ ਮੈਂ ਭੁੱਖੇ ਧਿਆਏ ਰੱਖਿਆ ਇੱਥੋਂ ਦੀ ਨਿਊਯਾਰਕ ਦੇ ਕਮੇਟੀ ਮੈਂਬਰ ਕਹਿ ਰਹੇ ਨੇ ਕਿ ਉਹਨੂੰ ਟਰੱਕ ਦੇ ਵਿੱਚ ਭੁੱਖੇ ਧਿਆਏ ਰੱਖਿਆ ਇੱਕ ਮਾਤਾ ਜੀ ਕਹਿ ਰਹੇ ਨੇ ਜੋ ਕਿ ਸਾਡੇ ਬੜੇ ਕਲੋਜ਼ ਨੇ ਮੈਨੂੰ ਬੜਾ ਅਜੀਬ ਲੱਗਿਆ ਵੀ ਜਿਹੜੇ ਅਸੀਂ ਰੋਜ਼ ਅਸੀਂ ਉਹਨਾਂ ਦੇ ਬੜੇ ਕਲੋਜ਼ ਆ ਉਹ ਕਹਿ ਰਹੇ ਕਿ ਟਰੱਕ ਦੇ ਵਿੱਚ 5 ਦਿਨ ਭੁੱਖੇ ਧਿਆਏ ਰੱਖਿਆ ਹਾਲੇ ਕਿ ਉਹ ਸਾਰੀ ਸਟੋਰੀ ਜਾਣਦੇ ਨੇ ਸੋ ਉਹ 5 ਦਿਨ ਨਹੀਂ ਸੀਗੇ 8-9 ਦਿਨ ਦਾ ਟ੍ਰਿਪ ਸੀ ਨਿਊ ਜਰਸੀ ਤੋਂ ਲਾਸ ਵੇਗਸ ਦਾ ਜੋ ਕਿ ਅਸੀਂ ਦੋਨਾਂ ਬੇਟੀਆਂ ਦੇ ਨਾਲ ਇੱਕ ਮੇਰੀ ਵਾਈਫ ਨੇ ਸਲਾਹ ਨਾ ਕੀਤਾ ਸੀਗਾ ਕਿ ਆਪਾਂ ਇੱਕ ਐਜ਼ ਅ ਵਕੇਸ਼ਨ ਚੱਲਦੇ ਆ ਬਟ ਟਰੱਕ 'ਚ ਚੱਲਦੇ ਆ ਇੰਜੋਏ ਲਈ ਇੱਕ ਕੰਫਰਟੇਬਲ ਡਰਾਈਵ ਕਰਿਆ ਕਰਾਂਗੇ ਦਿਨ 'ਚ ਜਿੱਥੇ ਰੁਕਾਂਗੇ ਮੇਰੇ ਕੋਲ ਸਾਰੀਆਂ ਰਸੀਦ ਨੇ ਹੋਟਲਸ ਦੀਆਂ ਜਿੱਥੇ ਜਿੱਥੇ ਰੁਕਦੇ ਨੇ ਫਿਰ ਅਸੀਂ ਹਿਲਟਨ ਗ੍ਰੈਂਡ ਹਿਲਟਨ ਹੋਟਲ ਦੇ ਵਿੱਚ ਬੁਕਿੰਗਸ ਨੇ ਮੈਂ ਤੁਹਾਨੂੰ ਭੇਜੀਆਂ ਆਲਰੇਡੀ ਲਾਸ ਵੇਗਸ ਦੇ ਵਿੱਚ 2 ਨਾਈਟ ਦੀ ਸਟੇ ਸੀ ਉੱਥੇ ਆਈ ਥਿੰਕ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਚੱਲੇ ਆ ਮੇਰੀ ਵਾਈਫ ਦਾ ਇੱਕ ਸਾਡੀ ਮੇਨ ਰੀਜ਼ਨ ਇਹਦੀ ਸਿਸਟਰ ਤੇ ਇਹਦੀ ਮਦਰ ਤੇ ਜੋ ਵੀ ਇਹਦੇ ਘਰ ਤੋਂ ਇੰਨੀਆਂ ਕਿ ਕਾਲਸ ਆਉਂਦੀਆਂ ਸੀਗੀਆਂ ਕਿ ਮੈਂ ਉਸ ਚੀਜ਼ ਨੂੰ ਲੈ ਕੇ ਵੀ ਹਰ ਇੱਕ ਛੋਟੀ ਗੱਲ ਮੈਂ ਕਹਿੰਦਾ ਹੁੰਦਾ ਸੀ ਮਨਦੀਪ ਪਲੀਜ਼ ਹਾਲ ਚਾਲ ਤੱਕ ਗੱਲ ਠੀਕ ਆ ਪਰਸਨਲੀ ਗੱਲਾਂ ਕਰਦੇ ਆ ਉਸ ਤੋਂ ਖੁਦ ਆਪਣੇ ਆਪ ਨੂੰ ਪਰੇਸ਼ਾਨ ਕਰਦੀ ਆ ਫਿਰ ਇੱਥੇ ਆਪਣੇ ਘਰ ਦਾ ਮਾਹੌਲ ਖਰਾਬ ਹੁੰਦਾ ਵਾ ਸੋ ਆਈ ਡੋਨਟ ਥਿੰਕ ਸੋ ਕਿ ਇਹ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਆ ਕਿ ਨਹੀਂ ਇਹ ਚੀਜ਼ਾਂ ਸਹੀ ਨਹੀਂ ਆ ਹਰ ਨਿੱਕੀ ਨਿੱਕੀ ਗੱਲ ਬੋਲ ਕੇ ਉਹਨੂੰ ਇੱਥੇ ਮੈਂਟਲੀ ਇੰਨਾ ਕੁ ਟੌਰਚਰ ਕਰਤਾ ਕਿ ਅੱਜ ਨਤੀਜਾ ਆ ਆਇਆ ਕਿ ਅੱਜ ਮੇਰੇ ਬੱਚੇ ਤੇ ਮੈਂ ਰੁਲਦਾ ਫਿਰਦੇ ਆ ਬਾਹਰ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮਨਦੀਪ ਉਹਨਾਂ ਨੇ ਜੇ ਸੁਸਾਈਡ ਕੀਤਾ ਹੈ ਤਾਂ ਉਹ ਟੌਰਚਰ ਉਹਨਾਂ ਦੀ ਫੈਮਿਲੀ ਨੇ ਕੀਤਾ ਹੈ ਹਾਂਜੀ 100% ਜੀ ਤੁਹਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ ਮੈਂ ਡਿਟੇਲਸ ਦੇ ਸਕਦਾ ਤੁਹਾਡਾ ਇਸ ਦੇ ਵਿੱਚ ਕੋਈ ਰੋਲ